Hey everyone, Naz this side from Team Daffodil. ते मेरे हाथ एक होर पासपोर्ट है जिसके उत्ते कैनेडा दे स्टैंप लग के आ चुकी है ते पासपोर्ट है साड़ी नई नवेली कुड़ी दा इन्हां दा हुणे हुणे ब्याह होया है 5 महीने होए ने ते इन्हां दा वीजा आ चुके है ते चलिए जानते हैं कि इन्हां दी जर्नी किदां दी रही डैफोडिल लुधियाना दे नाल। गुरविंदर पहले तो बहुत बहुत मुबारक। थैंक यू। उन्हें पासपोर्ट नहीं बनाना उन्हें मैं अपने हाथ भी रखना है। ਜਿਵੇਂ ਹੁਣ ਸਾਰੇ ਬਾਕੀ ਦੂਸਰੇ ਇਮੀਗ੍ਰੇਸ਼ਨ ਸੋਚਦੇ ਆ ਤਾਂ ਇਹਨਾਂ ਨੇ ਪਹਿਲਾਂ ਹੀ ਕਹਿਤਾ ਸੀ ਕਿ ਮੈਂ ਇੱਥੇ ਲਗਵਾਉਣੀ ਹੈ। ਠੀਕ ਹੈ ਗੁਰਿੰਦਰ, ਬਹੁਤ ਬਹੁਤ ਥੈਂਕ ਯੂ ਤੁਹਾਡਾ, ਸਾਡੇ ਤੇ ਵਿਸ਼ਵਾਸ ਰੱਖਿਆ। ਤੇ ਜੇ ਗੱਲ ਕਰੀਏ ਸਰਵਿਸਿਜ਼ ਦੀ, ਬਿਕੋਜ਼ ਯੂ ਵਰ ਅ ਪਾਰਟ ਆਫ ਆਈਐਲਟੀਐਸ ਡਿਪਾਰਟਮੈਂਟ, ਅਕੈਡਮੀ ਡਿਪਾਰਟਮੈਂਟ, ਤੇ ਉਹ ਡਿਫਰੈਂਟ ਹੈ, ਇੱਥੇ ਡਿਫਰੈਂਟ ਹੈ, ਤੇ ਜਦੋਂ ਤੁਸੀਂ ਇੱਥੇ ਆਏ ਤੇ ਜਦੋਂ ਤੁਹਾਡਾ ਸਾਰਾ ਪ੍ਰੋਸੈਸ ਹੋਇਆ ਉਹ ਕਿੱਦਾਂ ਦਾ ਰਿਹਾ? ਮੈਡਮ ਇੱਥੇ ਇੱਦਾਂ ਵਾ ਕਿ ਜਿਵੇਂ ਕਿ ਜਿਵੇਂ ਪਹਿਲਾਂ ਵੀਜ਼ਾ ਪ੍ਰੋਸੈਸ ਬਾਰੇ ਅਲੱਗ ਟੀਚਰ ਆ, ਜਿਹੜੇ ਫਾਈਲਿੰਗ ਵਾਲੇ ਅਲੱਗ ਟੀਚਰ ਆ, ਮਤਲਬ ਜਿਵੇਂ ਪਜ਼ਲ ਨਹੀਂ ਹੁੰਦਾ ਬੰਦਾ ਕਿ ਹਰੇਕ ਚੀਜ਼ ਦੀ ਕਲੈਰਿਟੀ ਆ ਕਿ ਦੱਸਦੇ ਵੀ ਇਹ ਕਿਵੇਂ ਆ, ਕਿਵੇਂ ਫਾਈਲ ਅਪਲੋਡ ਹੋਣੀ ਆ, ਜਿਹੜੀ ਫਾਈਲ ਅਪਲੋਡ ਹੋਈ ਉਹ ਵੀ ਮੈਨੂੰ ਸਾਹਮਣੇ ਬਿਠਾ ਕੇ ਸਾਰਾ ਕੁਝ ਦਿਖਾਇਆ ਕਿ ਕਿਵੇਂ ਹੋ ਰਹੀ ਆ, ਇੱਕ ਇੱਕ ਡਾਕੂਮੈਂਟ ਸਾਰਾ ਤੁਹਾਨੂੰ ਇਨਫੋਰਮੇਸ਼ਨ ਦਿੱਤੀ। ਮੇਰੀ ਕਈ ਏਜੰਟ ਕੀ ਕਰਦੇ ਆ, ਮੈਰਿਜ ਵੀ ਸ਼ੋਅ ਕਰਦੇ ਕਿ ਵੀਜ਼ਾ ਨਹੀਂ ਆਉਣਾ ਕਿ ਆਪਾਂ ਇੱਦਾਂ ਵਾ, ਮਤਲਬ ਮੈਂ ਸਾਰਾ ਕੁਝ ਓਪਨਲੀ ਆਪਣੀ ਮਤਲਬ ਜੈਨੂਇਨ ਮੈਰਿਜ ਸੀ, ਸਾਰਾ ਕੁਝ ਸ਼ੋਅ ਕੀਤਾ ਕਿ ਮੇਰੀ ਮੈਰਿਜ ਆਹ ਤਰੀਕ ਨੂੰ ਹੋਈ ਆ, ਸਾਰਾ ਕੁਝ ਅਪਲੋਡ ਕੀਤਾ, ਮਤਲਬ ਕਿ ਪੂਰਾ ਟਰੱਸਟ ਸੀਗਾ ਕਿ ਵੀਜ਼ਾ ਆਉਣਾ ਵਾ, ਜੈਨੂਇਨ ਕੰਮ ਹੋ ਰਿਹਾ ਵਾ, ਆਪਾਂ ਕੋਈ ਹਾਇਰ ਨਹੀਂ, ਜਿਵੇਂ ਕਿ ਗਾਈਡੈਂਸ ਦਿੱਤੀ ਉਹੀ ਗਾਈਡੈਂਸ ਨੂੰ ਫੋਲੋ ਕੀਤਾ ਤੇ ਉਵੇਂ ਅਪਲੋਡ ਤੇ ਸਾਰਾ ਕੁਝ ਏ ਟੂ ਜ਼ੈਡ ਇਹਨਾਂ ਨੇ ਉਹ ਐਮਬੈਸੀ ਚ ਵਿਖਾਇਆ ਸੀ, ਰਾਈਟ? ਫੋਨ ਫੋਨ ਚੱਕਦੇ ਸੀ ਇਹ ਲੋਕੀ? ਫੋਨ ਤਾਂ ਚੱਕਦੇ, ਮੈਂ ਨਹੀਂ ਚੱਕਦਾ ਹੁੰਦਾ ਕਿਉਂ? ਕਿਉਂਕਿ ਮੈਂ ਜੋਬ ਕਰਦਾ ਸੀ ਜਾਂ ਟਰੈਵਲ ਕਰਦਾ, ਪਤਾ ਨਹੀਂ ਲੱਗਦਾ ਸੀਗਾ ਮੈਨੂੰ ਫੋਨ ਆ ਜਾਂਦੀ ਮਿਸ ਕਾਲ, ਫਿਰ ਬੈਕ ਕਾਲ ਮੈਂ ਕਰਦੇ ਬਿਜ਼ੀ ਹੁੰਦਾ ਸੀ ਕਈ ਵਾਰ, ਤੇ ਗੱਲ ਗੱਲ ਹੁੰਦੀ ਸੀ ਇੱਕ ਇੱਕ ਚੀਜ਼ ਤੁਹਾਨੂੰ ਦੱਸਦੇ ਸੀਗੇ। ਠੀਕ ਹੈ, ਤੇ ਜੇ ਆਪਾਂ ਗੱਲ ਕਰੀਏ ਤੁਹਾਡੀ ਲਾਸਟ ਕੁਆਲੀਫਿਕੇਸ਼ਨ ਦੀ, ਉਹ ਕਿਹੜੀ ਸੀ? ਮੈਂ ਜਸ ਪਲੱਸ 3 ਕਰੀ ਹੋਈ ਸੀ। ਠੀਕ ਹੈ, ਕੀ ਪਰਸੈਂਟੇਜ ਸੀ? 65% 65, ਐਂਡ ਆਈਐਲਟੀਐਸ ਸਕੋਰ 6 ਓਵਰਆਲ ਸੀਗੇ ਐਂਡ 6.5 ਇਨ ਸਪੀਕਿੰਗ, ਬਾਕੀ ਸਾਰੇ ਜੋ 6 ਸੀ। ਠੀਕ ਹੈ, ਤੇ ਜਦੋਂ ਤੁਹਾਡਾ ਵੀਜ਼ਾ ਆਇਆ ਉਸ ਦਿਨ ਤੇ ਚੱਲਦੇ ਆ, ਮੇਲ ਵੀ ਤੁਹਾਡੇ ਕੋਲ ਹੀ ਆਈ ਹੋਣੀ ਹੈ, ਰਾਈਟ? ਤੇ ਕਦੋਂ ਮੇਲ ਆਈ? ਮੇਲ 28 ਮਈ ਨੂੰ ਆਈ ਸੀਗੀ। ਠੀਕ ਹੈ, ਮੈਨੂੰ ਇੰਨਾ ਪਤਾ ਨਹੀਂ ਸੀਗਾ ਕਿ ਇਹ ਵੀਜ਼ਾ ਇਹ ਮੈਡਮ ਦੇ ਕੋਲ ਆਈ ਸੀ 29 ਮਈ ਨੂੰ, ਕਿ ਕੋਈ ਨੰਬਰ ਆਈਡੀ ਨੰਬਰ ਦੇ ਦਿਓ, ਮੈਂ ਦਿੱਤਾ ਉਹਦੀ, ਉਹਨਾਂ ਨੇ ਦੱਸਤਾ, ਫਿਰ ਮੈਂ ਸ਼ਾਮ ਨੂੰ ਕੀ ਬੋਲਿਆ ਮੈਮ ਨੇ ਕਿ ਕੰਗ੍ਰੈਚੁਲੇਸ਼ਨ ਕਿ ਤੁਹਾਡਾ ਵੀਜ਼ਾ ਆ ਗਿਆ, ਮੈਂ ਕਿਹਾ ਇਹ ਪੱਕਾ ਹੀ ਆ ਗਿਆ, ਕਿਤੇ ਹੋਰ ਦਾ ਤਾਂ ਨਹੀਂ ਦੱਸਿਆ। ਸਾਰਾ ਕੁਛ ਕਈਆਂ ਦੀ ਵੀਜ਼ਾ ਲਾਉਂਦੇ ਆਪਾਂ, ਕਈ ਵਾਰ ਫਿਊਚਰ ਵਗੈਰਾ ਉਹ ਲੋਸ ਚ ਜਾਂਦਾ ਵਾ ਕੰਮ, ਉਹ ਨਹੀਂ ਹੋਇਆ, ਮਤਲਬ ਸਾਰਾ ਕੁਛ ਵਧੀਆ ਹੀ ਚੱਲਿਆ ਸਿਸਟਮ। ਠੀਕ ਹੈ, ਤੇ ਫਿਰ ਤੁਸੀਂ ਸਭ ਤੋਂ ਪਹਿਲਾਂ ਕਿਹਨੂੰ ਦੱਸਿਆ? ਸਿਸਟਰ ਨੂੰ ਕੀਤੀ ਗੱਲ, ਸਿਸਟਰ ਨੂੰ ਵੀ ਪਤਾ ਲੱਗ ਗਿਆ ਸੀਗਾ ਸੁਪਨੀਤ ਦੀ ਤੋਂ, ਉਹਨਾਂ ਨੇ ਇਹਨਾਂ ਨੂੰ ਵੀ ਦੱਸਿਆ ਸੀਗਾ, ਫਿਰ ਉਹਨਾਂ ਨੇ ਮੈਨੂੰ, ਫਿਰ ਮੈਂ ਘਰੇ ਆ ਕੇ ਦੱਸਿਆ, ਰੋਣ ਲੱਗ ਗਏ ਕਿ ਮੈਨੂੰ ਝੂਠ ਬੋਲ ਰਹੇ। अच्छा, इनके सिस्टर आए हुए हैं अभी, उनसे पूछते हैं, जब उनको पता चला तो उनको कैसा फील हुआ? मैम सशिकाल जी, राणा जी, सशिकाल। ऑल राइट मैम, तो मैम जब आपको अविंदर ने फोन किया तो सबसे पहला रिएक्शन आपका क्या था? ਮੈਨੂੰ ਕਹਿੰਦਾ ਵੀਜ਼ਾ ਆ ਗਿਆ, ਮੈਂ ਕਿਹਾ ਮੈਨੂੰ ਆਲਰੇਡੀ ਮੈਡਮ ਦੀ ਕਾਲ ਆ ਚੁੱਕੀ ਹੈ। ਅੱਛਾ, ਆਪਕੋ ਪਤਾ ਲੱਗ ਗਿਆ ਥਾ? ਕਹਿੰਦਾ ਮੈਂ ਤੂੰ ਕਿਉਂ ਨਹੀਂ ਕੀਤੀ? ਮੈਂ ਕਿਹਾ ਮੈਂ ਵੇਟ ਕਰ ਰਹੀ ਸੀ ਤੁਹਾਨੂੰ ਉਹ ਖੁਦ ਦੱਸਣ ਤੇ ਫਿਰ ਤੂੰ ਮੈਨੂੰ ਕਾਲ ਕਰੀ। ਆਈ ਸੋ ਸਵੀਟ। ਤੇ ਕਹਿੰਦਾ ਵੀ ਮੈਂ ਹੁਣ ਗੁਰਵਿੰਦਰ ਨੂੰ ਕਾਲ ਕਰਾਂ? ਮੈਂ ਕਿਹਾ ਨਹੀਂ, ਤੂੰ ਘਰੇ ਜਾ ਕੇ ਇਹਨੂੰ ਜਾ ਕੇ ਫੇਸ ਟੂ ਫੇਸ ਦੱਸਣਾ ਵਾ, ਕਾਲ 'ਤੇ ਨਹੀਂ ਦੱਸਣਾ।
ਫਿਰ ਮੈਨੂੰ ਗੁਰਵਿੰਦਰ ਨੇ ਮੇਰੇ ਨਾਲ ਗੱਲ ਕੀਤੀ ਕਹਿੰਦੀ ਦੀਦੀ ਮੇਰਾ ਸੱਚੀ ਵੀਜ਼ਾ ਆ ਗਿਆ ਮੈਂ ਕਿਹਾ ਹਾਂ ਸੱਚੀ ਆ ਗਿਆ ਗੁਰਵਿੰਦਰ ਨੂੰ ਅਮਰਿੰਦਰ ਤੇ ਭਰੋਸਾ ਨਹੀਂ ਸੀ ਮੈਂ ਕਿਹਾ ਹਾਂ ਵੀਜ਼ਾ ਆ ਗਿਆ ਤੇਰਾ ਠੀਕ ਹੈ ਤਾਂ ਓਵਰਆਲ ਆਪਕੋ ਕੈਸੀ ਸਰਵਿਸਿਜ਼ ਲੱਗੀ ਡਾਕਟਰ ਮੈਨੂੰ ਤਾਂ ਸਟਾਰਟਿੰਗ ਤੇ ਹੀ ਜਿਵੇਂ ਅੱਜ ਤੋਂ 4 ਸਾਲ ਹੋ ਗਏ ਮੈਂ ਇੱਥੇ ਆ ਰਹੀ ਹਾਂ ਟੱਚਵੁੱਡ ਮੇਰਾ ਮਤਲਬ ਬ੍ਰਦਰ ਨੇ ਇੱਥੇ ਆਈਲਸ ਕੀਤੀ ਕੁਝ ਕਾਰਨ ਕਰਕੇ ਇਹਨੂੰ ਰੀਜ਼ਨ ਕਰਕੇ ਛੱਡਣੀ ਪਈ ਕਿਉਂਕਿ ਜੋਬ ਕਰਦਾ ਸੀ ਫਿਰ ਮੇਰੇ ਬੇਟੇ ਨੇ ਵੀ ਸਪੀਕਿੰਗ ਕਲਾਸ ਕੀਤੀ ਹੈ ਇੱਥੇ ਅੱਛਾ ਉਸ ਤੋਂ ਬਾਅਦ ਕਹ ਲਓ ਸੁਪ੍ਰੀਤ ਮੈਡਮ ਸਿਸਟਰ ਦੇ ਤੌਰ ਤੇ ਅਸੀਂ ਰਹਿ ਰਹੇ ਹਾਂ ਬਾਕੀ ਚਾਹੇ ਤੁਸੀਂ ਸਾਰੇ ਟੀਚਰ ਹੋਵੋਗੇ ਪਰ ਅਸੀਂ ਦੋਨੇ ਆਪਸ 'ਚ ਮਤਲਬ ਸਿਸਟਰ ਦੇ ਤੌਰ ਜਦੋਂ ਵੀ ਮੈਂ ਆਉਂਦੀ ਹਾਂ ਚਾਹੇ ਜਿੰਨੇ ਮਰਜ਼ੀ ਬਿਜ਼ੀ ਆ ਮੈਨੂੰ ਪਹਿਲਾਂ ਇਹਨਾਂ ਨੇ ਹੈਂਡਲ ਕਰਨਾ ਵੀ ਹਾਂ ਦੀਦੀ ਆਇਆ ਗੱਲ ਕਰ ਲਈਏ ਵੀ ਇਹਨਾਂ ਨੇ ਜਾਣਾ ਵਾ ਵੀ ਐਂ ਰਿਹਾ ਵਾ ਜਦੋਂ ਦੇਖੋ ਫਿਰ ਮੈਨੂੰ ਇਹੀ ਮੇਰਾ ਯਕੀਨ ਸੀ ਮੈਂ ਕਿਸੇ ਨੂੰ ਵੀ ਹੁਣ ਕਹਿੰਦੀ ਹਾਂ ਵੀ ਤੁਸੀਂ ਉੱਥੇ ਜਾਓ सुप्रीत मैम ने क्या कहते अपनी सिस्टर का बेबी उठाया हुआ है तो सुप्रीत मैम कैसा लग रहा है आपको बहुत ही बढ़िया लगा मैम इन्होंने बहुत ट्रस्ट रखा कि इनको था कि मेरे सिक्स सीट है पता नहीं आएगा कि नहीं पिज्जा तो बहुत खुशी हुई मैम इनके वीजा के वो बोलना चाहते हैं तो मैम आपको कैसा लग रहा है कि सुप्रीत मैम का वीजा आया है आपको अच्छा लग रहा है अच्छा लग रहा है ठीक है और वीजा आए इसे ठीक है चलिए थैंक यू सो मच मैम वापस जाते हैं अच्छा जिंदा दीदी ने क्या तो रेखा च पानी आया हो यार ऐसा क्यों नहीं मेरी फ्रेंड ओके ठीक है तो हुन तुसी केड़े कॉलेज आ रहे हो मैं जा रही हूं मैम सेंट क्लेयर कॉलेज ठीक है ठीक है तो केड़ा कोर्स चूज कीता है कि जिहड़े आपां नूं जे अपना वीज़ा एलीजिबल होवे तां तुसीं राइट इनफॉर्मेशन दिंदे नहीं तां तुसीं सीधे ही कहने कि तुसीं जां तां दोबारा आईलैट्स कर लो जां थोड़ा डिले कर लो क्योंकि कोई प्रॉब्लम हुंदी है कोई सिस्टमैटिकली जिवें तुहाडे डॉक्यूमेंट नहीं एलीजिबल यही है कि एक बार विजिट करो तां जो तुहानूं राइट इनफॉर्मेशन मिल सके ठीक है जी तो अगर आपको राइट इन्फॉर्मेशन चाहिए तो आप डेफिनेटली जा सकते हैं क्योंकि इतने अच्छे लोग हैं अगर आपका वीजा नहीं आना होता ना ये पहले हाथ खड़े कर देते हैं हम नहीं करके करेंगे आपको अपना कर लीजिए दोबारा या आयल्स कीजिए या आप दोबारा आयल्स कीजिए या हम नहीं लगा सकते क्योंकि केस आपका थोड़ा सा नेगेटिव जाएगा टिल देन टेक केयर सायोनारा धन्यवाद जी एक